ਲਓ ਜੀ ਆਪਾਂ ਪਹੁੰਚ ਗਏ ਹੁਣ ਜਲ ਮਹਿਲ, ਆਪਾਂ ਤੁਹਾਨੂੰ ਜਲ ਮਹਿਲ ਦਿਖਾਉਂਦੇ ਹਾਂ, ਆ ਜਾਓ ਫਿਰ। ਇਹ ਆ ਜਲ ਮਹਿਲ ਦੇ ਬਾਹਰ ਦੁਕਾਨਾਂ ਲੱਗੀ ਹੋਈਆਂ ਨੇ ਤੇ ਆਪਾਂ ਇੱਥੇ ਫੋਟੋ ਕਰਾਉਣੇ ਆ ਰਾਜਸਥਾਨੀ, ਇਹਦਾ ਤੁਹਾਨੂੰ ਦਿਖਾਉਂਦੇ ਆ, ਉਹ ਵੀਡੀਓ ਵੀ ਦਿਖਾਵਾਂਗੇ ਤੁਹਾਨੂੰ ਆਪਾਂ ਜੀ। ਆ ਦੇਖੋ ਤੁਹਾਨੂੰ ਫੋਟੋ ਪਹਿਲਾਂ ਦਿਖਾਉਂਦੇ ਆ, ਫਿਰ ਤੁਹਾਨੂੰ ਦਿਖਾਉਂਦੇ ਆ ਆਪਾਂ ਜਲ ਮਹਿਲ। ਥੋੜੇ ਜਿਹੇ ਨਾਲ ਨੀਚੇ, ਬਸ ਨਹੀਂ ਨਹੀਂ ਨੀਚੇ ਕਰਨੀ। ਉਹ ਵੀ ਬਣ ਗਿਆ ਆਪਾਂ ਰਾਜਸਥਾਨੀ, ਬਿਲਕੁਲ। ਹਾਂ ਹਾਂ ਲਓ ਵੀ ਬਣ ਗਿਆ ਆਪਾਂ ਰਾਜਸਥਾਨੀ, ਬਣ ਗਏ ਰਾਜਸਥਾਨੀ, ਬਣ ਗਿਆ ਹੈ ਦੇਖ ਤਾਂ। ਬਣ ਗਏ ਰਾਜਸਥਾਨੀ, ਆ ਜਾ। ਇਹ ਆ ਜੀ ਜਲ ਮਹਿਲ, ਵੈਸੇ ਅੰਦਰ ਤਾਂ ਆਪਾਂ ਜਾ ਨਹੀਂ ਸਕਦੇ ਕਿਉਂਕਿ ਪਾਣੀ ਓ ਪਾਣੀ ਆ ਚਾਰੇ ਪਾਸੇ ਦੇ। ਇਹ ਦੇਖੋ ਜਲ ਮਹਿਲ, ਅਤੇ ਇੱਥੇ ਬਾਹਰ ਸ਼ੋਪ ਵਗੈਰਾ ਲੱਗੀਆਂ ਹੁੰਦੀਆਂ ਨੇ, ਅਤੇ ਤੁਸੀਂ ਮੰਨ ਲਾ ਤੁਹਾਨੂੰ ਰਾਜਸਥਾਨੀ ਟੱਚ ਵੀ ਮਿਲ ਜੂਗਾ, ਜਿਵੇਂ ਮੰਨ ਲਓ ਤੁਸੀਂ ਨਾ ਇੱਥੇ ਫੋਟੋ ਫੂਟੋ ਕਰਾਉਣੀਆਂ, ਜਿਵੇਂ ਇਹ ਕਰਵਾ ਰਹੇ ਨੇ ਇੱਥੇ ਨਾ, ਫੋਟੋ ਕਰਵਾ ਸਕਦੇ ਹੋ। ਅਤੇ ਆਹ ਸ਼ੋਪ ਵਗੈਰਾ ਇੱਥੇ ਸਾਰੀਆਂ ਲੱਗੀਆਂ ਹੋਈਆਂ ਨੇ, ਉੱਧਰ ਵੀ ਦਿਖਾ ਦਿੰਦਾ ਜਲ ਮਹਿਲ। ਸੌ ਕੁ ਰੁਪਏ ਚ ਫੋਟੋ ਕਰ ਦਿੰਦੇ ਆ ਇਹ। ਇਹ ਆ ਜਲ ਮਹਿਲ, ਇਹ ਆਲੇ ਦੁਆਲੇ ਮਤਲਬ ਪਾਣੀ ਪਾਣੀ ਆ, ਤੇ ਇਹ ਕਹਿੰਦੇ ਵੀ 30 ਫੁੱਟ ਥੱਲੇ ਨੂੰ ਡੂੰਘਾ, ਤੇ ਆਲੇ ਦੁਆਲੇ ਪਹਾੜ ਆ ਇਹ। ਇਹ ਆ ਜਲ ਮਹਿਲ, ਇਹ ਸਾਰੀ ਇੱਥੇ ਮਾਰਕੀਟ ਆ ਬਾਹਰ, ਤੇ ਆਪਾਂ ਨੇ ਫੋਟੋਆਂ ਕਰਾਈਆਂ ਨੇ, ਦੇਖੋ ਕਿਵੇਂ ਲੱਗਦੀਆਂ। ਰਾਜਸਥਾਨੀ ਟੱਚ ਤੁਹਾਨੂੰ ਸਾਰਾ ਮਿਲੂਗਾ ਸਮਾਨ ਖਰੀਦਣ ਨੂੰ, ਇੱਧਰ ਮਾਰਕੀਟ ਆ। ਵੈਸੇ ਜਲ ਮਹਿਲ ਤਾਂ ਇੱਦਾਂ ਹੈ ਨਹੀਂ, ਵੈਸੇ ਤੁਸੀਂ ਦੇਖ ਸਕਦੇ ਹੋ, ਕਿਉਂਕਿ ਪਾਣੀ ਕਰਕੇ ਅੰਦਰ ਜਾ ਨਹੀਂ ਸਕਦੇ। ਮੈਨੂੰ ਨੀਚੇ ਜਾ ਕੇ ਦਿਖਾਉਣਾ ਥੋੜ੍ਹਾ ਜਿਹਾ, ਅਤੇ ਆਪਾਂ ਨੇ ਫੋਟੋ ਕਰਾ ਲਈਆਂ, ਅਤੇ ਹੁਣ ਆਪਾਂ ਚੱਲਦੇ ਨੀਚੇ ਥੋੜ੍ਹਾ ਜਿਹਾ ਕੋਲ ਤੋਂ ਦਿਖਾਉਂਦੇ ਜਲ ਮਹਿਲ ਤੁਹਾਨੂੰ, ਆ ਜਾਓ ਫਿਰ। ਚੱਕੋ ਜੀ ਚੱਲ ਤੂੰ ਲੈਣੇ ਤੇ ਠੀਕ ਆ ਜੀ। ਆਪਾਂ ਤੁਹਾਨੂੰ ਜਲ ਮਹਿਲ ਵੀ ਦਿਖਾਤਾ, ਤੇ ਬਾਕੀ ਇੱਥੇ ਮਾਰਕੀਟ ਆ ਬਸ, ਤੇ ਰਾਜਸਥਾਨੀ ਸਾਰਾ, ਰਾਜਸਥਾਨੀ ਜੁੱਤੀ ਜੈਪੁਰ ਦੇ ਵਿੱਚ, ਠੀਕ ਆ।
ਦੇਖੋ ਇੱਧਰ ਤੇ ਬਾਹਰ ਖਾਣ ਪੀਣ ਨੂੰ ਵੀ ਹੈਗਾ ਤੇ ਇੱਥੋਂ ਜਲ ਮਹਿਲ ਦੇਖਦਾ ਹਾਂਜੀ ਤੇ ਠੀਕ ਆ ਜੀ ਉਮੀਦ ਕਰਦਾ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਊਗੀ ਤੇ ਜਲ ਮਹਿਲ ਬਸ ਪਾਣੀ ਦੇ ਵਿੱਚ ਆ ਤਾਂ ਇਹਨੂੰ ਜਲ ਮਹਿਲ ਕਹਿੰਦੇ ਆ ਬਸ ਮੈਨੂੰ ਵੀ ਪੂਰਾ ਪੱਕਾ ਨਹੀਂ ਪਤਾ ਹੈਗਾ ਤੇ ਠੀਕ ਆ ਜੀ ਮਿਲਾਂਗੇ ਨਵੀਂ ਵੀਡੀਓ 'ਚ ਨਵੇਂ ਬਲੌਗ 'ਚ ਇਹ ਵੀਡੀਓ ਕਰਦੇ ਹਾਂ ਐਂਡ ਓਕੇ ਜੀ।